ਜਨਮ ਜਨਮ ਪਰ ਮਤ ਫਿਰਿਆ ਮਿਟਿਉ ਨ ਜਮ ਕੋ ਤ੍ਰਾਸ ਸਤਿਗੁਰ ਮਿਲਾਇਆ ਤਨ ਤਨ ਕਹੇ ਸਭ ਸਜਿਉ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰੇ ਹਰ ਪਹਾੜਾਇਆ ਮੈਂ ਬਸਜਿਉ ਹਰ ਪਹਾੜਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਭ ਸਜਿਉ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵਹੀ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮੇਲਾਵੇ ਤੁਸੀਂ ਪੁੱਤ ਪਾਈ ਪਰਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਉ ਤੁਰ ਲਿਖਿਆ ਪਰਵਾਣਾ ਫਿਰੇ ਨਾਹੀ ਗੁਰ ਜਾਏ ਹਰ ਪ੍ਰਭ ਬਸ ਜੀਉ ਸਤਿਗੁਰ ਪਾਣੇ ਆਪਣੇ ਬਹਿ ਪਰਵਾਰ ਸਦਾਇਆ ਮਤ ਮੈਂ ਪਿਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਭੈਜੇ ਮਿਤ ਬਿਗਸੇ ਜਿਸ ਮਿਤ ਹੀ ਭੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਰਸ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਭਾਵੇ ਹਰ ਪਾਇਆ ਸਤਿਗੁਰ ਬੁੱਲਿਆ ਹਰ ਮਿਲਿਆ ਪੁਰਖ ਸੁਜਾਣ ਜੀਉ ਰਾਮਦਾਸ ਸੋਢੀ ਤਿਲਕ ਦੀਆ ਨਾਨਕ ਦੀ ਮੁਖ ਉਜਲੇ ਕੀਤੀ ਛੁਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕ ਜਗਾਲ ਨਾਨਕ ਦੀ ਮੁਖ ਉਜਲੇ ਕੀਤੀ ਛੁਟੀ ਨਾਲ ਠਾਕੁਰ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤਿਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਪੋ ਗਗਨ ਭਉ ਲਾਗੇ ਜਾਨਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੰਦਨੋ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਬਦ ਫਜਾਏ ਤੇ ਇੱਕ ਬਹਾਦਰ ਸਿਮਰ ਕਰਨੋ ਦਿਆਵੇ ਧਾਏ ਸਭ ਥਾਈ ਵਸਾਏ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਅੱਜ ਚਰਨ ਕਮਲਾਂ ਪਾਸ ਨਿਮਕਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੇ ਹੁਕਮ ਅਨੁਸਾਰ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਕੰਧੇ ਆਵੇ ਨਾਨਕ ਸਿੱਧੇ ਉੱਠੀ ਜਾਵੇ ਦੇ ਮਾਂ ਵਾਕਾਂ ਅਨੁਸਾਰ ਅੱਜ ਦਰ ਘਰ ਦੇ ਪ੍ਰੀਤਵਾਨ ਸਰਦਾਰ ਕੁਲਦੀਪ ਸਿੰਘ ਜੋ ਆਪ ਜੀ ਦੇ ਬਖਸ਼ਿਸ਼ ਕੀਤੇ ਸਵਾਸਾਂ ਦੀ ਪੂੰਜੀ ਭੋਗ ਕੇ ਪਿਛਲੇ ਦਿਨਾਂ ਤੋਂ ਅਕਾਲ ਚਲਾਉਣਾ ਕਰ ਗਏ ਸਨ, ਉਸ ਸ੍ਰੀ ਰੋਹ ਦੇ ਨਿਮਿਤ ਸ੍ਰੀ ਰੋਹ ਦੀ ਸ਼ਾਂਤੀ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਸਮੂਹ ਪਰਿਵਾਰ ਨੇ ਇਕੱਤਰ ਹੋ ਕੇ ਪਰਸੋਂ ਰੋਜ਼ ਤੋਂ ਆਪ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਤੁਰਕੀ ਬਾਣੀ ਆਈ ਸਗਲੀ ਚਿੰਤ ਮਟਾਈ ਦੇ ਅਖੰਡ ਜਾਪ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ, ਜੋ ਇਸ ਸਮੇਂ ਨਿਰਗੁਣ ਸੰਪੂਰਤਾ ਸਹਿਤ ਭੋਗ ਪਾਏ ਗਏ ਹਨ। ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ, ਸੇਵਕ ਪਰਿਵਾਰ ਕੋਲੋਂ ਸੇਵਾ ਕਰਦੇ ਹਾਂ। ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਜਪਣਾ ਬੁੱਢੇ ਹੋ ਗਏ, ਅੰਮ੍ਰਿਤ ਛਕਣਾ ਬੁੱਢੇ ਹੋ ਗਏ, ਵੀ ਅਜੇ ਤਾਂ ਸਾਰੀ ਸਾਡੀ ਜ਼ਿੰਦਗੀ ਬੜੀ ਪਈ ਹੈ, ਹੁਣ ਮਾਫ ਕਰਨਾ ਸਾਧ ਸੰਗਤ। ਇੱਕ ਬੇਨਤੀ ਮੈਂ ਹਰ ਵੇਲੇ ਕਰਦਾ ਹੁੰਦਾ, ਵੇਖੋ ਜਿਹੜੀਆਂ ਦੁਨਿਆਵੀ ਲੈਣਾ ਨੇ ਨਾ, ਦੁਨਿਆਵੀ ਲੈਣਾ, ਮੰਨ ਲਓ ਇੱਕ ਬੰਦਾ ਬੈਂਕ ਗਿਆ, ਉੱਥੇ ਲੰਬੀ ਲਾਈਨ ਲੱਗੀ ਹੈ, ਜਿਹੜਾ ਪੰਜਵੇਂ ਨੰਬਰ ਤੇ ਖਲੋਤਾ ਉਹਨੂੰ ਪਤਾ ਵਾਰੀ ਪੰਜਵੇਂ ਨੰਬਰ ਤੇ ਆਉਣੀ, ਜਿਹੜਾ ਦਸਵੇਂ ਨੰਬਰ ਤੇ ਖਲੋਤਾ ਉਹਨੂੰ ਪਤਾ ਵਾਰੀ ਦਸਵੇਂ ਨੰਬਰ ਤੇ ਆਉਣੀ। ਜਦੋਂ ਆਪਾਂ ਬਿਜਲੀ ਘਰ ਜਾਂਦੇ ਹਾਂ ਨਾ, ਬਿਜਲੀ ਘਰ ਜਾਂਦੇ ਹਾਂ, ਬਿਜਲੀ ਘਰ ਕਈ ਵਾਰੀ ਬਿੱਲ ਤਾਰਨ ਵਾਲਿਆਂ ਦੀ ਲਾਈਨ ਲੱਗੀ ਹੈ, ਜਿਹੜਾ ਪੰਜਵੇਂ ਨੰਬਰ ਤੇ ਖਲੋਤਾ ਉਹਨੂੰ ਪਤਾ ਵਾਰੀ ਪੰਜਵੇਂ ਨੰਬਰ ਤੇ ਆ। ਜਿਹੜਾ ਪਰਿਵਾਰ ਨੇ ਡੋਲਣਾ ਨਹੀਂ, ਬੇਨਤੀ ਹੈ ਮੇਰੀ ਇਸ ਪਰਿਵਾਰ ਨੂੰ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਇਹ ਪਰਿਵਾਰ ਬਾਣੀ ਪੜ੍ਹੇ ਦਿਨ ਰਾਤ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨਗੇ। ਸਾਧ ਸੰਗਤ, ਜਦੋਂ ਕੋਈ ਘਰ ਦੇ ਵਿੱਚ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਨਾ, ਤੇ ਕੁਝ ਸਿਆਣੇ ਹੁੰਦੇ ਨੇ, ਸਿਆਣੇ ਜਿਹੜੇ ਹਿਰਕ ਕਰਨ ਵਾਸਤੇ ਆਉਂਦੇ ਨੇ, ਉਹ ਹੌਂਸਲਾ ਦਿੰਦੇ ਨੇ ਹੌਂਸਲਾ, ਪਰ ਮਾਫ ਕਰਨਾ ਕੁਝ ਏਦਾਂ ਦੇ ਵੀ ਹੁੰਦੇ ਨੇ ਜਿਹੜੀ ਬਲ ਦੀ ਅੱਗ ਦੇ ਉੱਤੇ ਆ ਕੇ ਹੋਰ ਤੇਲ ਪਾਉਂਦੇ, ਹੋਰ ਤੇਲ। ਪਰ ਮਾਫ ਕਰਨਾ, ਜਦੋਂ ਵੀ ਕਿਸੇ ਦੀ ਦੁੱਖ ਦੀ ਘੜੀ ਚ ਆਪਾਂ ਉਹਨਾਂ ਦੇ ਘਰ ਜਾਣਾ ਹੈ ਨਾ, ਉਹਨਾਂ ਨੂੰ ਇਹੋ ਹੀ ਕਹੋ, ਭਾਈ ਹੌਂਸਲਾ ਰੱਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਆਪਣਾ ਇਤਿਹਾਸ ਪੜ੍ਹੋ। ਵੇਖੋ ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਪੁੱਤ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ। ਉਹ ਭਾਈ ਸ਼ਹਿਬਾਜ ਸਿੰਘ ਕਿੱਦਾਂ ਉਹਨਾਂ ਨੂੰ ਚਰਖੜੀਆਂ ਤੇ ਚਾੜਿਆ ਗਿਆ ਪਿਓ ਪੁੱਤਰਾਂ ਨੂੰ, ਏਦਾਂ ਉਹਨਾਂ ਨੂੰ ਹੌਂਸਲਾ ਦਿਓ ਵੀ ਗੁਰਬਾਣੀ ਪੜ੍ਹੋ, ਗੁਰਬਾਣੀ ਨਾਲ ਜੁੜੋ, ਕੋਈ ਗੱਲ ਨਹੀਂ ਪੱਗ ਵਾਲਿਓ। ਵੇਖੋ ਉਹ ਰੋਟੀ ਪਾਣੀ ਦੇਣ ਵਾਲਾ ਉਹ ਪਰਮਾਤਮਾ, ਉਹ ਰੱਬ ਨੂੰ ਫਿਕਰ ਹੈ। ਕੋਈ ਬੰਦਾ ਇਹ ਹੰਕਾਰ ਨਾ ਕਰੇ ਵੀ ਜੇ ਮੈਂ ਘਰ ਹੈਨੀ ਤੇ ਆਹ ਕੋਠੀਆਂ ਨਹੀਂ ਸੀ ਪੈਣੀਆਂ, ਜੇ ਮੈਂ ਘਰ ਹੈਨੀ ਤੇ ਮੇਰਾ ਟੱਬਰ ਭੁੱਖਾ ਮਰ ਜਾਣਾ। ਨਹੀਂ, ਇਹ ਗੱਲ ਭੁਲੇਖਾ ਕੱਢ ਦਿਓ। ਇੱਕ ਗੁਰੂ ਗੋਬਿੰਦ ਸਿੰਘ ਦੇ ਵੇਲੇ ਇੱਕ ਸਿੱਖ ਨੂੰ ਹੰਕਾਰ ਹੋ ਗਿਆ ਵੀ ਮੈਂ ਆਪਣਾ ਟੱਬਰ ਪਾਲਦਾ, ਜੇ ਮੈਂ ਨਾ ਆਵਾਂ ਤੇ ਮੇਰਾ ਟੱਬਰ ਭੁੱਖਾ ਮਰ ਜਾਵੇਗਾ। ਗੁਰੂ ਗੋਬਿੰਦ ਸਿੰਘ ਨੇ ਉਹਨੂੰ 1 ਸਾਲ ਵਾਸਤੇ ਦਾ ਪ੍ਰਚਾਰ ਕਰਨ ਵਾਸਤੇ ਉਹਨੂੰ ਬੜੀ ਦੂਰ ਭੇਜ ਦਿੱਤਾ। ਜਦੋਂ ਪ੍ਰਚਾਰ ਤੋਂ ਵਾਪਸ ਆਇਆ ਉਹਨੇ ਮਨ ਦੇ ਅੰਦਰ ਸੋਚਿਆ ਵੀ ਮੈਨੂੰ ਤੇ 1 ਸਾਲ ਹੋ ਗਿਆ, ਮੇਰਾ ਤੇ ਟੱਬਰ ਪਿੱਛੇ ਤਹਿਸ ਨਹਿਸ ਹੋ ਗਿਆ ਹੋਣਾ, ਉਹ ਤੇ ਰਹੇ ਨਹੀਂ ਹੋਣੇ, ਉਹ ਤੇ ਭੁੱਖੇ ਮਰ ਗਏ ਹੋਣੇ। ਪਰ ਸੱਚ ਜਾਣਿਓ ਭਾਗਾ ਵਾਲਿਓ, ਉਹ ਟੱਬਰ ਜਦੋਂ ਉਹਨੇ ਵੇਖਿਆ, ਉਦੋਂ ਨਾਲੋਂ ਵੀ ਉਹ ਟੱਬਰ ਚੜ੍ਹਦੀ ਕਲਾ ਦੇ ਵਿੱਚ ਹੈ, ਚੜ੍ਹਦੀ ਕਲਾ ਦੇ ਵਿੱਚ। ਸੋ ਕਹਿਣ ਤੋਂ ਭਾਵ, ਮੇਰੇ ਕਹਿਣ ਦੀ ਮੁਰਾਦ ਇਹ ਹੈ ਵੀ ਦਾਤਾਂ ਦੇਣ ਵਾਲਾ ਰੱਬ ਹੈ, ਦਾਤਾਂ ਗੁਰੂ ਗ੍ਰੰਥ ਸਾਹਿਬ ਨੇ ਦੇਣੀ, ਰੋਟੀ ਪਾਣੀ ਸੱਟ। ਮੌਤ ਤੋਂ ਬਾਅਦ ਆਪਣੇ ਕੋਲ ਕੀ ਆਸਰਾ ਰਹਿ ਜਾਂਦਾ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗੀਏ?
ਤੇ ਦੁੱਖ ਕੱਟ ਜਾਂਦਾ। ਪਰ ਮੇਰੇ ਸਤਿਕਾਰਯੋਗ ਵੀਰੋ, ਆਪਾਂ ਕਹਿੰਦੇ ਹਾਂ ਭਾਣਾ ਮਨਾ, ਇਸ ਪਰਿਵਾਰ ਦੇ ਉੱਤੇ ਜਿੱਡਾ ਵੱਡਾ ਮੁਸੀਬਤ ਦਾ ਭਾਰ ਡਿੱਗਾ, ਬਹੁਤ ਛੋਟੀ ਉਮਰ ਦੇ ਵਿੱਚ ਸਾਡਾ ਵੀਰ ਕੇਵਲ ਸਿੰਘ ਜਿਹੜਾ ਹੈਗਾ ਉਹ ਛੋੜਾ ਦੇ ਗਿਆ, ਅਤੇ ਸਾਡੀ ਉਹ ਭੈਣ ਆ ਬੜੇ ਔਖੇ ਦਿਨ ਨੇ ਕੱਢੇ, ਇਸ ਬੱਚੇ ਨੂੰ ਪਾਲਿਆ, ਪਾਲ ਪੋਛ ਕੇ ਮਹਿਕਮੇ ਦੇ ਵਿੱਚ ਪੁਲਿਸ ਮਹਿਕਮੇ ਦੇ ਵਿੱਚ ਭਰਤੀ ਕਰਾਇਆ। ਔਰ ਅੱਜ ਉਹੀ ਦਿਨ ਫਿਰ ਯਾਦ ਆ ਗਏ ਕਿ ਇੰਨੀ ਛੋਟੀ ਉਮਰ ਦੇ ਵਿੱਚ 28-29 ਸਾਲ ਦੀ ਉਮਰ ਦੇ ਵਿੱਚ 3 ਸਾਲ ਦੇ ਬੇਟੇ ਨੂੰ ਛੱਡ ਕੇ ਸਰਦਾਰ ਕੁਲਦੀਪ ਸਿੰਘ ਜਿਹੜਾ ਉਹ ਇਸ ਸੰਸਾਰ ਤੋਂ ਚਲੇ ਗਿਆ। ਅੱਜ ਦੋ ਪਰਿਵਾਰਾਂ ਵਾਸਤੇ ਵੀ ਸਕਦੇ ਸਮੁੱਚੀ ਸੰਗਤ ਦਾ, ਰਿਸ਼ਤੇਦਾਰਾਂ ਦਾ, ਭੈਣ ਭਰਾਵਾਂ ਦਾ ਧੰਨਵਾਦ। ਅੱਜ 10 ਦਿਨ ਹੋ ਗਏ ਸਾਡੇ ਵੀਰ ਨੂੰ ਵਿਛੜਿਆਂ ਨੂੰ, 10 ਦਿਨ ਦੇ ਵਿੱਚ ਸਾਡੇ ਇਲਾਕੇ ਤੋਂ ਕੋਈ ਮੋਤਬਰ ਮੇਰਾ ਵੀਰ, ਕੋਈ ਸਾਰਾ ਰਿਸ਼ਤੇਦਾਰ ਇਹੋ ਜਿਹਾ ਨਹੀਂ ਰਿਹਾ, ਕਿਉਂਕਿ ਹਰ ਵੇਲੇ 10-15-20 ਬੰਦੇ ਜਿਹੜੇ ਆ ਉਹ ਪਰਿਵਾਰ ਦੇ ਵਿੱਚ ਜਿਹੜਾ ਹੌਂਸਲਾ ਦੇਣ ਵਾਸਤੇ ਆਉਂਦੇ ਸੀਗੇ। ਅਸੀਂ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਪਰਿਵਾਰ ਦੇ ਨਾਲ ਇਸ ਤਰ੍ਹਾਂ ਸਹਿਯੋਗ ਕਰਕੇ ਇਸ ਪਰਿਵਾਰ ਨੂੰ ਜਿਹੜਾ ਮੁੜ ਪੈਰਾਂ ਸਿਰ ਜਿਹੜਾ ਉਹ ਖੜ੍ਹਾ ਕਰਨ ਦੇ ਵਿੱਚ ਸਾਡਾ ਯੋਗਦਾਨ ਪਾਓਗੇ। ਸਮੁੱਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਟਿਓ ਨਾ ਜਮ
न को कृत है ਸਤਿਗੁਰ ਮਿਲਾਇਆ ਤਨ ਤਨ ਕਹੇ ਸਭ ਸਜਿਓ
ਮੇਰੇ ਸਿੱਖ ਸੁਰੋ ਪੁੱਤ ਭਾਈਓ, ਮੇਰੇ ਹਰ ਸਹਾਰਾਓ ਮੈਂ ਬਸ ਜੀਓ। ਹਰ ਪਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸਭ ਬਸ ਜੀਓ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਪਾਣਾ ਪਾਵਹੀ। ਆਨੰਦ ਅਨਹਦ ਵਜੇ ਵਾਜੇ, ਹਰ ਆਪ ਗਲ ਮੇਲਾਵੇ। ਤੁਸੀਂ ਪੁੱਤ ਪਾਈ ਪਰਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਉ। ਤੁਰ ਲਿਖਿਆ ਪਰਵਾਣਾ ਫਿਰੇ ਨਾਹੀ, ਗੁਰ ਜਾਏ ਹਰ ਪ੍ਰਭ ਬਸ ਜੀਉ। ਸਤਿਗੁਰ ਪਾਣੇ ਆਪਣੇ ਬਹਿ ਪਰਵਾਰ ਸਦਾਇਆ, ਮਤ ਮੈਂ ਪਿਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਭੈਜੇ ਮਿਤ ਬਿਗਸੇ, ਜਿਸ ਮਿਤ ਕੀ ਭੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਪਾਈ, ਰ ਸਤਿਗੁਰੂ ਬਹਿਨਾਵੇ। ਸਤਿਗੁਰੂ ਪ੍ਰਤੱਖ ਹੁੰਦੇ, ਬੈਰਾਜ ਆਪ ਡਿਗਾਇਆ। ਸਭ ਸਿੱਖ ਬੰਧਵ ਪੁੱਤ ਪਾਈ, ਰਾਮਦਾਸ ਪੈਰੀ ਪਾਇਆ। ਅੰਤ ਸਤਿਗੁਰੀ ਪਾਣ ਹਰ ਰੰਗ ਗੁਰ ਪਾਵਹੀ। ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵਈ। ਹਰ ਪਾਇਆ ਸਤਿਗੁਰ ਭੁੱਲਿਆ, ਹਰ ਮਿਲਿਆ ਪੁਰਖ ਸੁਜਾਣ ਜੀਉ। ਰਾਮਦਾਸ ਸੋਢੀ ਤਿਲਕ ਦੀਆ, ਨਾਨਕ ਦੀ ਮੁਖ ਉਜਲੇ ਕੀਤੀ ਛੁਟੀ ਨਾਲ। ਜਿੰਨੇ ਨਾਮ ਧਿਆਇਆ, ਗਏ ਮਸਕ ਜਗਾਲ। ਨਾਨਕ ਦੀ ਮੁਖ ਉਜਲੇ ਕੀਤੀ ਛੁਟੀ ਨਾਲ। ਠਾਕੁਰ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤਿਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਤਾਂ ਕੋ ਗਗਨ ਤੋਂ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਅਰਦਾਸ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੰਦਨੋ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰ ਕ੍ਰਿਸ਼ਨ ਧਿਆਈਏ। ਜਿਸ ਜਿੱਥੇ ਸਬਦ ਫਜਾਏ, ਤੇ ਇੱਕ ਬਹਾਦਰ ਸਿਮਰ ਕਰਨੋ ਧਿਆਵੇ ਧਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਪੰਜਾਂ ਪਿਆਰਿਆਂ, ਚੌਵਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਗ ਆਨੰਦ ਕੀਤਾ, ਜਿਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ, ਖਾਲਸਾ ਸਾਹਿਬ ਜੀ ਵਾਹਿਗੁਰੂ। ਜਿਹਨਾਂ ਸਿੰਘਾਂ ਸਿਮਣੀਆਂ ਧਰਮ ਹੇਤ ਸੀ ਦਿੱਤੇ, ਗੁਰੂ
ਚਰਨ ਕਮਲਾਂ ਪਾਸ ਨਿਮਕਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੇ ਹੁਕਮ ਅਨੁਸਾਰ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ ਕੰਦੇ ਆਵੇ ਨਾਨਕ ਸਦੇ ਉੱਠੀ ਜਾਵੇ। ਮਾਵਾ ਕੰਸਾਰ ਅਜਦਾਰ ਘਰ ਦੇ ਪ੍ਰੀਤਵਾਨ ਸਰਦਾਰ ਕੁਲਦੀਪ ਸਿੰਘ ਜੋ ਆਪ ਜੀ ਦੇ ਬਖਸ਼ਿਸ਼ ਕੀਤੇ ਸਵਾਸਾਂ ਦੀ ਪੂੰਜੀ ਭੋਗ ਕੇ ਪਿਛਲੇ ਦਿਨਾਂ ਤੋਂ ਅਕਾਲ ਚਲਾਉਣਾ ਕਰ ਗਏ ਸਨ, ਉਸ ਸ਼੍ਰੀ ਰੋਹ ਦੇ ਨਿਮਿਤ ਸ਼੍ਰੀ ਰੋਹ ਦੀ ਸ਼ਾਂਤੀ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਸਮੂਹ ਪਰਿਵਾਰ ਨੇ ਇਕੱਤਰ ਹੋ ਕੇ ਪਰਸੋਂ ਰੋਜ਼ ਤੋਂ ਆਪ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਤੁਰਕੀ ਬਾਣੀ ਆਈ ਸਗਲੀ ਚਿੰਤ ਮਟਾਈ ਦੇ ਅਖੰਡ ਜਾਪ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ, ਜੋ ਇਸ ਸਮੇਂ ਨਿਰਗੁਣ ਸੰਪੂਰਤਾ ਸਹਿਤ ਭੋਗ ਪਾਏ ਗਏ ਹਨ। ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ, ਸੇਵਕ ਪਰਿਵਾਰ ਕੋਲੋਂ ਸੇਵਾ ਕਰਦੇ ਹਾਂ। ਅਨੇਕਾਂ ਹੀ ਭੁੱਲਾਂ ਹੋ ਗਈਆਂ ਹਨ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਪੜ੍ਹੀ ਸੁਣੀ ਬਾਣੀ ਸੋਧ ਕੇ ਦਰ ਪ੍ਰਵਾਨ ਕਰਨੀ। ਬਾਣੀ ਦਾ ਪ੍ਰਭਾਵ ਸ੍ਰੀ ਰੂਹਾਂ ਨੂੰ ਪਰਿਵਾਰ ਨੂੰ ਸੱਚੇ ਪਾਤਸ਼ਾਹ ਸੰਗਤਾਂ ਨੂੰ ਅਸਰ ਪਾਉਣਾ ਸੱਚੇ ਪਾਤਸ਼ਾਹ ਰਬਾਣੀ ਹਿਰਦੇ ਦੇ ਵਿੱਚ ਵਸਾਉਣੀ ਸੱਚੇ ਪਾਤਸ਼ਾਹ ਪਰਿਵਾਰ ਵੱਲੋਂ ਆਪ ਜੀ ਵਾਸਤੇ ਸੋਹਣੇ ਛਾਕੇ ਹਾਜ਼ਰ ਕੀਤੇ ਹਨ। ਆਪ ਜੀ ਨੇ ਅੰਗੀਕਾਰ ਕਰਨੇ ਪਰਿਵਾਰ ਦੇ ਲੋਕ ਪਰਲੋਕ ਦੇ ਪਰਦੇ ਕੱਢਣੇ। ਕਿਰਪਾ ਕਰਨੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਕਰਨਾ, ਤੰਦਰੁਸਤੀਆਂ ਬਖਸ਼ਣੀਆਂ, ਨਾਮ ਦੀ ਦਾਤ ਬਖਸ਼ੇ ਕਰਨੀ, ਸਿੱਖੀ ਜੀਵਨ ਦਾਨ ਬਖਸ਼ੇ ਕਰਨਾ, ਬੱਚੇ ਦੇ ਸਿਰ 'ਤੇ ਮੇਲ ਭਰਿਆ ਮੱਥ ਰੱਖਣਾ, ਦੋਵੇਂ ਆਰਜੀ ਬਖਸ਼ਿਸ਼ ਕਰਨੀ। ਪਰਿਵਾਰ ਵੱਲੋਂ ਬਿਨਤ ਮਾਇਆ ਹਾਜ਼ਰ ਹੈ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਏ ਖਜ਼ਾਨੇ ਭਰਪੂਰ ਕਰਨੇ ਸੱਚੇ ਪਾਤਸ਼ਾਹ। ਪਰਿਵਾਰ ਵੱਲੋਂ ਇਸ ਸਮੇਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰਕਾ ਲੰਗਰ ਹਾਜ਼ਰ ਹੈ। ਸੱਚੇ ਪਾਤਸ਼ਾਹ ਜੀ ਨੂੰ ਭੋਗ ਲੱਗਿਆ ਪ੍ਰਸ਼ਾਦ ਅਤੇ ਗੁਰਕਾ ਲੰਗਰ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਛੱਕੇ ਸੋ ਆਪ ਜੀ ਦਾ ਹੀ ਨਾਮ। ਵਾਹਿਗੁਰੂ 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 ਜਪੇ। ਪਰਿਵਾਰ ਵੱਲੋਂ ਸ਼੍ਰੀ ਰੂਹ ਦੇ ਨਿਮਿਤ ਵਰਤਨ ਯੋਗ ਵਸਤੂਆਂ ਹਾਜ਼ਰ ਕੀਤੀਆਂ ਹਨ, ਆਪ ਜੀ ਨੇ ਅੰਗੀਕਾਰ ਕਰਨੀਆਂ, ਸੱਚੇ ਪਾਤਸ਼ਾਹ ਸਾਰੀਆਂ ਸਬਲੀਆਂ ਕਰਨੀਆਂ, ਕਿਰਪਾ ਕਰਨੀ ਦਰ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਦਮ ਕਦਮ ਦੇਖੇ ਲਾਉਣੇ, ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨੀ, ਸੰਗਤ ਦੇ ਸਿਰ 'ਤੇ ਮੇਲ ਭਰਿਆ ਹੱਥ ਰੱਖਣਾ, ਨਾਮ ਦੀ ਦਾਤ ਬਖਸ਼ੇ ਕਰਨੀ, ਗੁਰਸਿੱਖੀ ਜੀਵਨ ਦਾਨ ਬਖਸ਼ੇ ਕਰਨਾ। ਸੱਚੇ ਪਾਤਸ਼ਾਹ
ਆਪ ਜੀ ਹੁਕਮ ਅਨੁਸਾਰ ਕਲਯੁਗ ਨੇ ਕੀਰਤਨ ਪ੍ਰਧਾਨਾ ਗੁਰਮੁਖ ਜਪੇ ਲਾਏ ਤੇ ਹਨ ਦੇਵਾਂ ਵਾਕ ਅਨੁਸਾਰ ਇਸ ਵਿੱਚ ਪਾਤਸ਼ਾਹ ਆਪ ਜੀ ਦੇ ਗੁਰਬਾਣੀ ਵਿਚਾਰ ਹਨ ਸੱਚੇ ਪਾਤਸ਼ਾਹ ਸੰਗਤ ਨੂੰ ਸੱਚੇ ਪਾਤਸ਼ਾਹ ਜਨਮ ਪਾਉਣ ਵਾਸਤੇ ਕਥਾਵਾਚਕ ਸਾਹਿਬ ਹਾਜ਼ਰ ਹਨ ਸੱਚੇ ਪਾਤਸ਼ਾਹ ਨੂੰ ਕਥਾ ਕਰਨ ਦੀ ਆਗਿਆ ਬਖਸ਼ਣੀ ਸ਼ਬਦ ਅਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਅਤੇ ਚਰਨਾਂ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ ਕਿਰਪਾ ਕਰੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰੋ ਹੁਕਮਨਾਮੇ 'ਤੇ ਚੱਲਣ ਦੀ ਆਗਿਆ ਬਖਸ਼ਣੀ ਬਲ ਬੁੱਧੀ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਰੋਬਲੇ ਸੋ ਨਿਹਾਲ ਸਹੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਕਿਸਨੋ ਆਖੀਐ ਵੇਲ ਪੁੱਛਿਆ ਹੀ ਲੈ ਜਾਏ ਫਰੀਦਾ ਖਿੰਤੜ ਮੇਖਾ ਅਗਲਿਆ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਵਾਂ ਮਨ ਰੇ ਕੌਣ ਕੁਮਤ ਤਲਿਨੀ ਪਾਰਦਾਰਾ ਨਿੰਦਿਆਰਾ ਸਰ ਰਾਮ ਭਗਤ ਨਗਿਨੀ ਮਨ ਰੇ ਕੌਣ ਕੁਮਤ ਦਲਿਨੀ ਪਰਦਾਰਾ ਨਿੰਦਿਆਰਾ ਸਰ ਰਾਮ ਭਗਤ ਨਗਿਨੀ ਰਹਾਉ ਮੁਕਤ ਪੰਥ ਜਨਉ ਤੈਨਾਇਨ ਤਨ ਜੂਰਨ ਕੋ ਤਾਇਆ ਅੰਤ ਸੰਗ ਕਾਹੂ ਨਹੀਂ ਦਿਨਾ ਬਿਰਥਾ ਆਪ ਬਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜੋ ਕਛ ਗਿਆਨ ਕਟੇ ਮਾਹੇ ਨਿਰੰਜਨ ਤੀਰ ਤੈ ਖੋਜਤ ਉਦਯਨ ਬਹੁਤ ਜਨਮ ਪਰਮਤ ਤੇ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਈ ਪਦ ਹਰ ਭਜ
ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤਿਹਾਰਿਉ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦਾਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਪੜੇ ਪਹਿਰੇ ਜਾਏ ਮਨੋ ਮਹਾਰਾਜ ਕਹਿੰਦੇ ਨੇ ਬੰਦੇ ਤੂੰ ਰੱਬ ਕੋਲ ਕੱਲੇ ਸੁੱਖ ਮੰਗਦਾ ਏ। ਇੱਕ ਗੱਲ ਚੇਤੇ ਰੱਖੀ, ਰੱਬ ਨੇ ਤੈਨੂੰ ਸੁੱਖ ਵੀ ਦੇਣੇ ਨੇ। ਜਿੱਥੇ ਰੱਬ ਨੇ ਤੈਨੂੰ ਸੁੱਖ ਦੇਣੇ ਨੇ, ਉੱਥੇ ਰੱਬ ਨੇ ਤੈਨੂੰ ਦੁੱਖ ਵੀ ਦੇਣੇ ਨੇ, ਦੁੱਖ ਵੀ ਦੇਣੇ ਨੇ। ਸਤਿਗੁਰ ਇਹ ਗੱਲ ਚੇਤੇ ਰੱਖਿਓ, ਸੁੱਖ ਵੀ ਸਾਰੀ ਜ਼ਿੰਦਗੀ ਸਾਡੇ ਨਾਲ ਰਹਿਣੇ ਨੇ, ਦੁੱਖ ਵੀ ਸਾਰੀ ਜ਼ਿੰਦਗੀ ਸਾਡੇ ਨਾਲ ਰਹਿਣੇ। ਜੇ ਪ੍ਰਮਾਤਮਾ ਨੇ ਔਰਤ ਨੂੰ ਬਣਾਇਆ ਤਾਂ ਪ੍ਰਮਾਤਮਾ ਨੇ ਮਰਦ ਨੂੰ ਵੀ ਬਣਵਾਇਆ। ਜੇ ਪ੍ਰਮਾਤਮਾ ਨੇ ਧੁੱਪ ਬਣਾਈ ਤਾਂ ਪ੍ਰਮਾਤਮਾ ਨੇ ਛਾਂ ਵੀ ਬਣਾਈ। ਇਸੇ ਤਰ੍ਹਾਂ ਜੇ ਪ੍ਰਮਾਤਮਾ ਨੇ ਸੁੱਖ ਬਣਾਏ ਨੇ ਤੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਦੁੱਖ ਵੀ ਬਣਾਏ ਨੇ। ਹੁਣ ਮਹਾਰਾਜ ਕਹਿੰਦੇ ਨੇ ਨਾਨਕ ਬੋਲਣ ਚੱਖਣਾ ਦੁੱਖ ਨਾ ਬੰਧੀਏ ਸੁੱਖ, ਸੁੱਖ ਦੁੱਖ ਹੋਏ ਤਾਂ ਕੱਪੜੇ ਪਹਿਰੇ ਜਾਏ ਨਮਨ ਕੱਲ ਨੂੰ ਦੁੱਖ ਵੀ ਆਉਣਾ ਹੀ ਆਉਣਾ ਹੈ। ਜੇ ਅੱਜ ਸੁੱਖ ਹੈ ਨਾ ਤੇ ਕੱਲ ਨੂੰ ਦੁੱਖ ਵੀ ਆਉਣਾ ਹੀ ਆਉਣਾ। ਮਹਾਰਾਜ ਕਹਿੰਦੇ ਨੇ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿਸ ਤਰ੍ਹਾਂ ਜੰਮਦੇ ਬੱਚੇ ਨੂੰ ਆਪਾਂ ਕੱਪੜੇ ਪਾਉਂਦੇ ਆ, ਮਰਦੇ ਦਮ ਤੱਕ ਉਹ ਕੱਪੜੇ ਉਹਦੇ ਨਾਲ ਰਹਿੰਦੇ ਨੇ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਇਹ ਸੁੱਖ ਵੀ ਤੇਰੇ ਨਾਲ ਰਹਿਣੇ ਨੇ ਤੇ ਇਹ ਦੁੱਖ ਵੀ ਤੇਰੇ ਨਾਲ ਰਹਿਣੇ ਨੇ। ਇਹ ਸਾਡੀ ਜ਼ਿੰਦਗੀ ਦਾ ਹਿੱਸਾ ਏ, ਸੁੱਖ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਏ ਤੇ ਦੁੱਖ ਵੀ ਸਾਡੀ ਜ਼ਿੰਦਗੀ ਦਾ ਹਿੱਸਾ। ਫਰਕ ਪਤਾ ਕੀ ਹੈ ਭਾਗਾਂ ਵਾਲਿਓ? ਸੁੱਖ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਯਾਦ ਕਰੀਏ ਤੇ ਦੁੱਖ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਯਾਦ ਕਰੀਏ, ਫਰਕ ਆ ਹੈ ਬਸ। ਸਾਡੀ ਹਾਲਤ ਪਤਾ ਕੀ ਹੈ, ਸਾਡੀ ਅਵਸਥਾ ਪਤਾ ਕੀ ਹੈ? ਜਦੋਂ ਤੇ ਸਾਡੇ ਘਰ ਚ ਸੁੱਖ ਆਉਂਦੇ ਨੇ ਅਸੀਂ ਬੜੀਆਂ ਖੁਸ਼ੀਆਂ ਮਨਾਉਂਦੇ ਹਾਂ, ਅਸੀਂ ਕਈ ਕੁਝ ਕਰਦੇ ਹਾਂ, ਗੁਰੂ ਦੀ ਮਰਿਆਦਾ ਤੋਂ ਉਲਟ ਅਸੀਂ ਕੰਮ ਕਰਦੇ ਹਾਂ। ਪਰ ਜਿੱਦਣ ਸਾਡੇ ਘਰ ਚ ਦੁੱਖ ਆਉਂਦੇ ਨੇ ਉਦਣ ਸਾਡੀਆਂ ਧਾਹਾਂ ਨਿਕਲ ਜਾਂਦੀਆਂ ਨੇ, ਉਦਣ ਅਸੀਂ ਦੁਖੀ ਹੁੰਦੇ ਹਾਂ। ਮੇਰਾ ਗੁਰੂ ਪਤਾ ਕੀ ਕਹਿੰਦਾ? ਮੇਰਾ ਗੁਰੂ ਕਹਿੰਦਾ ਜੇ ਸੁੱਖ ਆਇਆ ਏ ਤਾਂ ਵੀ ਰੱਬ ਦਾ ਸ਼ੁਕਰ ਕਰ,
ਬੰਦਿਆ ਜੇ ਤੈਨੂੰ ਰੱਬ ਨੇ ਦੁੱਖ ਦਿੱਤਾ ਤਾਂ ਵੀ ਉਸ ਪਰਮਾਤਮਾ ਦਾ ਸ਼ੁਕਰ ਕਰ, ਉਸ ਵਾਹਿਗੁਰੂ ਦਾ ਸ਼ੁਕਰ ਕਰ, ਉਸ ਰੱਬ ਨੂੰ ਚੇਤੇ ਕਰ। ਕਿਉਂ? ਕਿਉਂਕਿ ਉਹ ਰੱਬ, ਉਹ ਪਰਮਾਤਮਾ ਵੱਡੇ ਤੋਂ ਵੱਡਾ ਦੁੱਖ ਤੇਰਾ ਕੱਟ ਦੇਵੇਗਾ। ਹੁਣ ਸਾਧ ਸੰਗਤ, ਜੇ ਆਪਾਂ ਇਤਿਹਾਸ ਪੜ੍ਹੀਏ ਨਾ ਇਤਿਹਾਸ ਤੇ ਵੇਖੋ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਜੇ ਮੈਂ ਗੱਲ ਕਰਾਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਸੀਸ ਤੇ ਚਵਰ ਝੋਲਦੇ ਨੇ, ਤਖਤਾਂ ਤੇ ਬਹਿੰਦੇ ਨੇ, ਤਾਂ ਵੀ ਉਹ ਰੱਬ ਨੂੰ ਯਾਦ ਕਰਦੇ ਨੇ, ਤਾਂ ਵੀ ਉਹ ਪਰਮਾਤਮਾ ਨੂੰ ਯਾਦ ਕਰਦੇ ਨੇ। ਤੇ ਸਾਧ ਸੰਗਤ, ਇੱਕ ਦਿਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੱਤੀ ਤਵੀ ਤੇ ਬੈਠੇ, ਉਹਨਾਂ ਦੇ ਸੀਸ ਤੇ ਗਰਮ ਰੇਤ ਪਾਈ ਗਈ। ਵੇਖੋ ਫਰਕ ਪਤਾ ਕੀ ਹੈ, ਜਦੋਂ ਮਹਾਰਾਜ ਸੁਖੀ ਨੇ ਉਦੋਂ ਵੀ ਸਤਿਗੁਰੂ ਰੱਬ ਨੂੰ ਚੇਤੇ ਕਰਦੇ ਨੇ, ਰੱਬ ਨੂੰ ਯਾਦ ਕਰਦੇ ਨੇ, ਪਰਮਾਤਮਾ ਨੂੰ ਯਾਦ ਕਰਦੇ ਨੇ। ਤੇ ਜੇ ਅੱਜ ਦੁੱਖ ਆ ਗਿਆ, ਤੱਤੀ ਤਵੀ ਤੇ ਬਿਠਾਇਆ ਗਿਆ, ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ, ਗਰਮ ਰੇਤ ਸੀਸ ਦੇ ਉੱਤੇ ਪਾਈ ਗਈ, ਤੇ ਮਹਾਰਾਜ ਨੇ ਕੋਈ ਦੁੱਖ ਨਹੀਂ ਮਨਾਇਆ, ਬਲਕਿ ਤੱਤੀ ਤਵੀ ਤੇ ਬਹਿ ਕੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ, ਨਾਨਕ ਮੰਗੈ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਮਾਨੇ। ਜਦੋਂ ਖਬਰ ਦਿੱਤੀ ਨਾ ਨੂਰੇ ਮਾਈ ਨੇ ਖਬਰ ਦਿੱਤੀ, ਸੱਚ ਜਾਣਿਓ ਭਾਗਾ ਵਾਲਿਓ, ਧੰਨ ਗੁਰੂ ਗੋਬਿੰਦ ਸਿੰਘ ਹੱਸ ਪਏ, ਮਹਾਰਾਜ ਮੁਸਕੁਰਾਏ, ਸਤਿਗੁਰੂ ਖਿੜ ਖੜਾ ਕੇ ਆਪਣੇ ਤਖਤਾਂ ਤੋਂ ਉੱਠੇ। ਮੈਂ ਤੇ ਜਦੋਂ ਇਤਿਹਾਸ ਪੜ੍ਹਦਾ ਹੈਰਾਨ ਰਹਿ ਜਾਂਦਾ। ਭਾਗਾ ਵਾਲਿਓ, ਕਿਸੇ ਮਾਂ ਪਿਓ ਨੂੰ ਜਦੋਂ ਖਬਰ ਮਿਲਦੀ ਹੈ ਨਾ, ਉਹਦਾ ਜਵਾਨ ਪੁੱਤ ਚੜ੍ਹਾਈ ਕਰ ਗਿਆ ਤੇ ਉਹ ਮਾਂ ਪਿਓ ਦੀਆਂ ਧਾਹਾਂ ਨਿਕਲ ਜਾਂਦੀਆਂ ਨੇ, ਉਹ ਮਾਂ ਪਿਓ ਰੱਬ ਨੂੰ ਮਿਹਣੇ ਮਾਰਦਾ ਏ। ਪਰ ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਖਬਰ ਦਿੱਤੀ ਜਾ ਰਹੀ ਹੈ ਸਤਿਗੁਰੂ ਜੀ ਤੁਹਾਡੇ ਪੁੱਤ ਸ਼ਹੀਦ ਹੋ ਗਏ ਨੇ, ਤੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਪਏ, ਮੁਸਕੁਰਾ ਕੇ ਸਤਿਗੁਰੂ ਜੀ ਉਹਨਾਂ ਤਖਤਾਂ ਤੋਂ ਉੱਠੇ। ਕਹਿੰਦੇ ਇਹ ਗੱਲ ਸੁਣ ਕੇ ਉਹ ਮੁਸਕੁਰਾ ਕੇ ਉੱਠਿਆ। ਉਸ ਬਾਦਸ਼ਾਹ ਨੇ ਨੂਰੇ ਕੋਲੋਂ ਆ ਕੇ ਪੁੱਛਿਆ, ਤੂੰ ਰੂਬਰੂਸ ਹੈ, ਕੋਈ ਗੱਲ ਨਾ ਲੁਕਾਈ, ਸੱਚੋ ਸੱਚ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜ ਤਾਂ ਨੀ ਕੇਰੀ, ਕੋਈ ਆ ਤਾਂ ਨੀ ਕੱਢੀ, ਮੇਰੇ ਲਾਲਾ ਨੇ ਕਿਧਰੇ ਉੱਚੀ ਸਾਹ ਤਾਂ ਨੀ ਕੱਢੀ, ਉਹ ਤੇਸੀ ਦੀ ਸੱਟ ਜਦੋਂ ਵੱਜੀ ਸੀ ਕਰਾਰੀ, ਉਹ ਮੇਰੇ ਫਤਿਹ ਸਿੰਘ ਨੇ ਕਿਤੇ ਚੀਕ ਤਾਂ ਨੀ ਮਾਰੀ। ਕਲਗੀਧਰ ਪਾਤਸ਼ਾਹ ਪੁੱਛਦੇ ਪਏ ਨੇ, ਨੂਰੇ ਮਾਹੀ ਤੂੰ ਖਬਰ ਲੈ ਕੇ ਆਏ, ਮੈਨੂੰ ਦੱਸ, ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਖਿਲਾਰਿਆ ਗਿਆ, ਉਹ ਮੇਰੇ 7 ਤੇ 9 ਸਾਲ ਦੇ ਪੁੱਤਰਾਂ ਨੂੰ ਨੀਹਾਂ 'ਚ ਖਿਲਾਰਿਆ ਗਿਆ, ਕਹਿੰਦੇ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਗਏ। ਇੱਥੋਂ ਤੱਕ ਇਤਿਹਾਸ ਕਹਿੰਦਾ ਏ ਸਾਹਿਬਜ਼ਾਦਿਆਂ ਦੀਆਂ ਗੋਡਿਆਂ ਦੀਆਂ ਚੱਪੜੀਆਂ ਵੱਢ ਦਿੱਤੀਆਂ ਗਈਆਂ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਤੂੰ ਰੂਹ ਬਰੂਸ ਹੈ, ਕੋਈ ਗੱਲ ਨਾ ਲੁਕਾਈ, ਸੱਚੋ ਸੱਚ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜ ਤਾਂ ਨੀ ਕੇਰੀ, ਕੋਈ ਆ ਤਾਂ ਨੀ ਕੱਢੀ, ਮੇਰੇ ਲਾਲਾ ਨੇ ਕਿਧਰੇ ਉੱਚੀ ਸਾਹ ਤਾਂ ਨੀ ਕੱਢੀ, ਉਹ ਤੇਸੀ ਦੀ ਸੱਟ ਜਦੋਂ ਵੱਜੀ ਸੀ ਕਰਾਰੀ, ਮੇਰੇ ਫਤਿਹ ਸਿੰਘ ਨੇ ਕਿਤੇ ਚੀਕ ਤਾਂ ਨੀ ਮਾਰੀ। ਇਹ ਗੱਲ ਕਹਿਣ ਦਾ ਸੀ ਉਸ ਦਾ ਅੰਦਾਜ਼ ਵੱਖਰਾ, ਜਿਹੜਾ ਗੁਰੂ ਗੋਬਿੰਦ ਸਿੰਘ ਨੇ ਵਜਾਇਆ ਉਹ ਸੀ ਸਾਜ ਵੱਖਰਾ, ਜਿਹੜਾ ਗੁਰੂ ਗੋਬਿੰਦ ਸਿੰਘ ਨੇ ਵਜਾਇਆ ਉਹ ਸੀ ਸਾਜ ਵੱਖਰਾ। ਹੈਰਾਨੀ ਹੁੰਦੀ ਹੈ ਸਾਧ ਸੰਗਤ, ਕਿਸੇ ਮਾਂ ਪਿਓ ਦੇ 4 ਪੁੱਤ ਹੋਣ, ਇੱਕ ਚੜ੍ਹਾਈ ਕਰ ਜਾਵੇ, ਮਾਂ ਪਿਓ ਰੋ ਰੋ ਕੇ ਕਮਲਾ ਹੁੰਦਾ ਏ, ਕਿੱਦਾਂ ਦਾ ਜ਼ਿਗਰਾ ਹੋਵੇਗਾ ਗੁਰੂ ਗੋਬਿੰਦ ਸਿੰਘ ਦਾ। 4 ਪੁੱਤ ਸੀ ਕਲਗੀਧਰ ਦੇ 4, ਇਹ ਨਹੀਂ ਵੀ ਗੁਰੂ ਸਾਹਿਬ ਪਿਆਰ ਨਹੀਂ ਸੀ ਕਰਦੇ,
ਆ ਸਰਦਾਰੀਆਂ ਬਖਸ਼ਣ ਦੀ ਖਾਤਰ ਕਲਗੀਧਰ ਨੇ ਸਾਡੀ ਖਾਤਰ ਆਪਣੇ ਚਾਰੇ ਪੁੱਤ ਕੁਰਬਾਨ ਕਰ ਦਿੱਤੇ। ਚਾਰੇ ਪੁੱਤ ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂਨੇ ਪਰ ਉਪਕਾਰ ਕੀਏ ਇੱਕ ਖਾਲਸ ਖਾਲਸਾ ਪੰਥ ਸਜਾ ਜਾ ਤੋ ਕੇ ਭੇਦ ਨਿਕਾਲ ਦੀਏ ਇਸ ਤੇਗ ਕੇ ਬੇਟੇ ਤੇਗ ਪਕੜ ਦੁਖੀਓ ਕੇ ਕਾਟ ਜੰਜਾਲ ਦੀਏ ਇਸ ਵਤਨ ਔਰ ਮੁਲਕ ਕੀ ਖਿਦਮਤ ਮੇ ਕਹੀਂ ਬਾਪ ਦੀਆ ਕਹੀਂ ਲਾਲ ਦੀਏ ਕਹੀਂ ਬਾਪ ਦੀਆ ਕਹੀਂ ਲਾਲ ਦੀ। ਸਿੰਘੋ ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਕੋਈ ਤਦ ਪਿਤਾ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਵਿੱਚ ਸਰਹੰਦ ਗੁਜਰੀ ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ ਚਾਰ ਪੁੱਤ ਮੈਨੂੰ ਪਰਮਾਤਮਾ ਨੇ ਬਖਸ਼ੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਉਹ ਦੁਨੀਆਂ ਦੇ ਲੋਕੋ ਮਤ ਕਹੋ ਮੈਨੂੰ ਸ਼ਹਿਨਸ਼ਾਹ ਕਿਸ਼ਤਾਂ ਨਾਲ ਤਾਂ ਕਰਜ਼ ਉਤਾਰਿਆ ਮੈਂ ਕਿਸ਼ਤਾਂ ਨਾਲ ਤਾਂ ਕਰਜ਼ ਉਤਾਰਿਆ ਮੈਂ। ਜੋਗੀ ਅੱਲਾ ਯਾਰਖਾ ਕਹਿੰਦਾ ਕਮਾਲ ਦੀ ਗੱਲ ਹੈ ਚਾਰ ਪੁੱਤ ਕਲਗੀਧਰ ਸਿੰਘ ਦਾ ਜੀਵਨ ਪੜੋ ਸਾਹ ਸੰਗਤ ਜਿੱਦਣ ਸ਼੍ਰੀ ਰਾਮ ਚੰਦਰ ਜੀ ਨੇ ਜਾਣਾ ਸੀ ਨਾ ਤੇ ਦਸ਼ਰਥ ਅਜੇ ਵਾਪਸ ਆ ਜਾਣਾ ਸੀ ਦਸ਼ਰਥ ਮਹਿਲਾ ਤੇ ਖਲੋ ਗਿਆ ਜਿੰਨਾ ਚਿਰ ਪੁੱਤ ਦੇਖਦਾ ਰਿਹਾ ਉਹਨਾਂ ਚਿਰ ਵੇਖਦਾ ਰਿਹਾ ਜਦੋਂ ਪੁੱਤ ਅੱਖਾਂ ਤੋਂ ਓਹਲੇ ਹੋ ਗਿਆ ਦਸ਼ਰਥ ਨੇ ਮਹਿਲਾ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਇਬਰਾਹੀਮ ਕਹਿੰਦਾ ਮੈਂ ਰੱਬ ਨੂੰ ਬੜਾ ਪਿਆਰ ਕਰਦਾ ਰੱਬ ਇਬਰਾਹੀਮ ਨੂੰ ਕਹਿੰਦਾ ਮੈਂ ਤੇਰੇ ਪਿਆਰ ਦੀ ਪਰਖ ਕਰਨੀ ਚਾਹੁੰਦਾ ਇਬਰਾਹੀਮ ਕਹਿੰਦਾ ਮੈਂ ਹਰ ਇਮਤਿਹਾਨ ਦੇਣ ਵਾਸਤੇ ਤਿਆਰ ਹਾਂ ਰੱਬ ਇਬਰਾਹੀਮ ਨੂੰ ਕਹਿੰਦਾ ਆਪਣੇ ਪੁੱਤ ਨੂੰ ਆਪਣੇ ਹੱਥਾਂ ਦੇ ਨਾਲ ਕਤਲ ਕਰ ਸੱਜ ਜਾਣਿਓ ਭਾਗਾ ਵਾਲਿਓ ਉਦੋਂ ਤੇ ਕਹਿ ਦਿੱਤਾ ਜਦੋਂ ਪੁੱਤ ਸਾਹਮਣੇ ਆ ਕੇ ਖਲੋ ਗਿਆ ਪੁੱਤ ਦਾ ਮੋਹ ਜਾਗ ਪਿਆ ਭਾਗਾ ਵਾਲਿਓ ਪੁੱਤ ਸਾਹਮਣੇ ਆ ਕੇ ਜਦੋਂ ਖਲੋਤਾ ਹੱਥ ਦੇ ਵਿੱਚ ਖੰਜਰ ਫੜਾਇਆ ਲੈ ਆਪਣੇ ਪੁੱਤ ਨੂੰ ਕਤਲ ਕਰ ਕਹਿੰਦਾ ਇਹ ਮੇਰਾ ਪੁੱਤ ਹੈ ਇਹ ਇਹਨੂੰ ਮੈਂ ਪਾਲਿਆ ਸਾਰੀ ਜ਼ਿੰਦਗੀ ਮੈਂ ਇਹਨੂੰ ਬੜਾ ਪਿਆਰ ਕਰਦਾ ਮੈਂ ਤੋਂ ਬਿਨਾਂ ਇੱਕ ਮਿੰਟ ਨਹੀਂ ਰਹਿ ਸਕਦਾ ਮੇਰੀਆਂ ਅੱਖਾਂ ਤੇ ਪੱਟੀ ਬੰਨ ਦਿਓ ਪੱਟੀ ਜਦੋਂ ਮੈਂ ਆਪਣੇ ਪੁੱਤ ਨੂੰ ਮਾਰਨਾ ਜੇ ਮੇਰੇ ਪੁੱਤ ਨੇ ਤੜਫਣਾ ਤੇ ਮੈਂ ਵੇਖ ਨਹੀਂ ਸਕਦਾ ਮੇਰੀ ਅੱਖਾਂ ਤੇ ਪੱਟੀ ਬੰਨ ਉਹਦੀ ਅੱਖਾਂ ਤੇ ਪੱਟੀ ਬੰਨੀ ਗਈ ਕਹਿੰਦਾ ਮੇਰੇ ਕੰਨਾਂ 'ਚ ਰੂੰ ਦੇ ਦਿਓ ਰੂੰ ਜਦੋਂ ਮੈਂ ਪੁੱਤ ਨੂੰ ਮਾਰਨਾ ਏ ਉਦੋਂ ਉਹਦੀਆਂ ਚੀਕਾਂ ਮੇਰੇ ਕੰਨਾਂ 'ਚ ਸੁਣਦੀਆਂ ਤੇ ਮੇਰੀਆਂ ਧਾਹਾਂ ਨਿਕਲ ਜਾਣੀਆਂ ਇੰਨਾ ਪਿਆਰ ਮੈਂ ਆਪਣੇ ਪੁੱਤ ਨੂੰ ਕਰਦਾ ਹੈਰਾਨੀ ਵਾਲੀ ਗੱਲ ਹੈ ਸਾਧ ਸੰਗਤ ਉਹਦੀਆਂ ਅੱਖਾਂ ਤੇ ਪੱਟੀ ਵੀ ਬੰਨ ਦਿੱਤੀ ਗਈ ਉਹਦੇ ਕੰਨਾਂ 'ਚ ਰੂੰ ਵੀ ਦੇ ਦਿੱਤਾ ਗਿਆ ਪਰ ਸੱਚ ਜਾਣਿਓ ਉਹ ਆਪਣੇ ਪੁੱਤਰ ਨੂੰ ਮਾਰ ਨਾ ਸਕਿਆ ਉਹਦੀਆਂ ਧਾਹਾਂ ਨਿਕਲ ਗਈਆਂ ਇਹ ਮੇਰਾ ਪੁੱਤ ਹੈ ਮੈਂ ਕਿੱਦਾਂ ਇਹਨੂੰ ਮਾਰ ਦਵਾਂ ਪਰ ਵੇਖੋ ਜਿਗਰਾ ਗੁਰੂ ਗੋਬਿੰਦ ਸਿੰਘ ਦਾ ਵੇਖੋ ਜਿਗਰਾ ਕਹਿੰਦੇ ਜੋਗੀ ਅੱਲਾ ਯਾਰਖਾ ਕਹਿੰਦਾ ਵੀ ਕਿੱਦਾਂ ਦਾ ਜਿਗਰਾ ਕਲਗੀਧਰ ਦਾ ਵੀ ਉਹਦੇ ਚਾਰੇ ਪੁੱਤ ਸ਼ਹੀਦ ਹੋ ਗਏ ਉਹਦੀਆਂ ਅੱਖਾਂ ਦੇ ਸਾਹਮਣੇ ਪਰ ਉਹਦੇ ਅੱਖਾਂ 'ਚੋਂ ਇੱਕ ਵੀ ਅੱਥਰੂ ਬਾਹਰ ਨਹੀਂ ਆਇਆ ਇੱਕ ਵੀ ਅੱਥਰੂ ਉਹ ਕਹਿੰਦਾ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ ਕਟਵਾ ਕੇ ਚਾਰ ਪਿਸਰ ਏਕ ਆਸੂ ਨਾ ਗਿਰਾਇਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਭਾਗਾਂ ਵਾਲਿਓ ਇਹ ਮੈਂ ਬੇਨਤੀਆਂ ਤਾਂ ਸਾਂਝੀਆਂ ਕੀਤੀਆਂ ਨੇ ਕਿਉਂਕਿ ਅੱਜ ਇਹ ਪਰਿਵਾਰ ਦੁੱਖਾਂ ਦੀ ਘੜੀ ਦਾ ਸਾਹਮਣਾ ਕਰ ਰਿਹਾ ਹੈ ਬਹੁਤ ਵੱਡਾ ਦੁੱਖ ਦਾ ਸਮਾਂ ਇਸ ਪਰਿਵਾਰ ਦੇ ਉੱਤੇ ਆਇਆ ਹੈ ਤੇ ਮੈਂ ਭਾਈ ਕੁਲਦੀਪ ਸਿੰਘ ਦੀ ਮਾਤਾ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਇਸ ਦੁੱਖ ਦੇ ਸਮੇਂ ਦੇ ਵਿੱਚ ਤੁਸੀਂ ਗੁਰਬਾਣੀ ਦਾ ਤੇ ਗੁਰ ਇਤਿਹਾਸ ਦਾ ਓਟ ਆਸਰਾ ਲੈਣਾ ਮੈਂ ਭਾਈ ਕੁਲਦੀਪ ਸਿੰਘ ਦੀ ਪਤਨੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਇਸ ਦੁੱਖ ਦੇ ਸਮੇਂ ਦੇ ਵਿੱਚ ਤੁਸੀਂ ਮਾਤਾ ਗੁਜਰ ਕੌਰ ਦਾ ਜੀਵਨ ਪੜ੍ਹਨਾ ਹੈ ਤੁਸੀਂ ਮਾਤਾ ਨਾਨਕੀ ਦਾ ਜੀਵਨ ਪੜ੍ਹਨਾ ਹੈ ਸੱਚ ਜਾਣਿਓ ਭਾਗਾ ਵਾਲਿਓ ਕਿਤੇ ਸੋਚ ਕੇ ਵੇਖੋ ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਦੀ ਧਰਤੀ ਤੋਂ
ਚੱਲੇ ਨੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ, ਆਪਣੇ ਸੀਸ ਦਾ ਬਲੀਦਾਨ ਦੇਣਾ ਹੈ। ਕਿਤੇ ਸੋਚ ਕੇ ਵੇਖੋ, ਦੁਨੀਆ ਦੀ ਹਰ ਇੱਕ ਪਤਨੀ ਜਦੋਂ ਪਤੀ ਨੂੰ ਘਰੋਂ ਤੋਰਦੀ ਏ, ਉਹਨੂੰ ਪਤੀ ਦੀ ਉਡੀਕ ਹੁੰਦੀ ਹੈ ਕਿ ਮੇਰੇ ਪਤੀ ਨੇ ਵਾਪਸ ਆ ਜਾਣਾ ਏ। ਪਰ ਸੱਚ ਜਾਣਿਓ, ਇੱਕੋ ਇੱਕ ਪਤਨੀ ਧੰਨ ਮਾਤਾ ਗੁਜਰ ਕੌਰ, ਜਿਹੜੀ ਆਨੰਦਪੁਰ ਦੀ ਧਰਤੀ ਤੋਂ ਆਪਣੇ ਪਤੀ ਨੂੰ ਤੋਰਦੀ ਪਈ ਏ, ਪਰ ਉਡੀਕ ਪਤੀ ਦੀ ਨਹੀਂ ਬਲਕਿ ਪਤੀ ਦੇ ਸੀਸ ਦੀ ਉਡੀਕ ਹੈ। ਮੇਰੇ ਪਤੀ ਨੇ ਨਹੀਂ ਆਉਣਾ, ਮੇਰੇ ਪਤੀ ਦਾ ਸੀਸ ਵਾਪਸ ਆਨੰਦਪੁਰ ਆਉਣਾ ਹੈ। ਵੇਖੋ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ, ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ, ਸਭਨੀ ਜਾਈ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਮੇਰੇ ਹੀ ਹਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲੱਥ। ਸਾਧ ਸੰਗਤ, 30 ਸਾਲ ਉਮਰ ਹੈ ਦਾਸ ਦੀ, 30 ਸਾਲ ਤੇ 30 ਸਾਲ ਦੀ ਜ਼ਿੰਦਗੀ ਦਾ ਇੱਕ ਤਜਰਬਾ ਏ, ਘਰ ਚ ਵੱਡੇ ਤੋਂ ਵੱਡਾ ਦੁੱਖ ਆ ਜਾਵੇ, ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਕਰਿਓ, ਉਸੇ ਵੇਲੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਹੌਸਲਾ ਬਖਸ਼ਣਗੇ, ਉਸੇ ਵੇਲੇ ਗੁਰੂ ਗ੍ਰੰਥ ਸਾਹਿਬ ਤੁਹਾਡਾ ਦੁੱਖ ਕੱਟਣਗੇ, ਉਸੇ ਵੇਲੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਇੱਕ ਤਾਕਤ ਬਖਸ਼ਣਗੇ, ਜਿਸ ਤਾਕਤ ਦੇ ਨਾਲ ਤੁਸੀਂ ਉਸ ਦੁੱਖ ਦਾ ਸਾਹਮਣਾ ਕਰ ਸਕਦੇ ਹੋ, ਤੁਸੀਂ ਉਸ ਦੁੱਖ ਦਾ ਮੁਕਾਬਲਾ ਕਰ ਸਕਦੇ ਹੋ। ਮੈਂ ਬੇਨਤੀ ਕਰਾਂ, ਜਦੋਂ ਸੀਸ ਵਾਪਸ ਆਇਆ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ, ਵਾਪਸ ਸੀਸ ਆਇਆ, ਸੱਚ ਜਾਣਿਓ ਭਾਗਾਂ ਵਾਲਿਓ, ਮਾਤਾ ਗੁਜਰ ਕੌਰ ਦੀਆਂ ਅੱਖਾਂ ਚੋਂ ਅੱਥਰੂ ਬਾਹਰ ਨਹੀਂ ਆਏ। ਕਮਾਲ ਦੀ ਗੱਲ ਹੈ, ਪਤੀ ਦਾ ਸੀਸ ਸਾਹਮਣੇ ਪਿਆ ਏ, ਕੱਟਿਆ ਹੋਇਆ ਸੀਸ ਸਾਹਮਣੇ ਪਿਆ ਏ, ਪਰ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰਾਨਾ ਕਰਦੀ ਪਈ ਏ। ਕੀ ਕਹਿੰਦੀ ਹੈ ਮਾਤਾ ਗੁਜਰ ਕੌਰ? ਮਾਤਾ ਗੁਜਰ ਕੌਰ ਰੱਬ ਨੂੰ ਕਹਿੰਦੀ ਏ, ਹੇ ਪਰਮਾਤਮਾ ਜੀ, ਹੇ ਵਾਹਿਗੁਰੂ ਜੀ, ਮੇਰੇ ਪਤੀ ਦੀ ਨਿਭਾਈ ਏ ਤੁਹਾਡੇ ਨਾਲ, ਹੇ ਰੱਬ ਜੀ ਕਿਰਪਾ ਕਰਿਓ ਮੇਰੀ ਵੀ ਤੁਹਾਡੇ ਨਾਲ ਨਿਭਾਵੇ, ਮੇਰੀ ਵੀ ਤੁਹਾਡੇ ਨਾਲ ਨਿਭਾਵੇ, ਮੇਰੇ ਪਤੀ ਨੇ ਸਿੱਖੀ ਸਵਾਸਾਂ ਨਾਲ ਨਿਭਾਈ ਏ, ਹੇ ਰੱਬ ਜੀ ਕਿਰਪਾ ਕਰਿਓ ਮੈਂ ਵੀ ਸਿੱਖੀ ਕੇਸਾਂ ਸਵਾਸਾਂ ਦੇ ਸੰਗ ਨਿਭਾ ਸਕਾਂ। ਇਹਨੂੰ ਕਹਿੰਦੇ ਨੇ ਪਿਆਰ, ਇਹਨੂੰ ਕਹਿੰਦੇ ਨੇ ਹੌਸਲਾ। ਸਾਧ ਸੰਗਤ, ਮੌਤ ਜਿਹੜੀ ਹੈ ਨਾ, ਮੌਤ ਇੱਕ ਅਟਲ ਸੱਚਾਈ ਹੈ, ਮੌਤ ਇੱਕ ਅਟਲ ਸੱਚਾਈ। ਜਿਹੜਾ ਜੰਮਿਆ ਹੈ ਨਾ, ਜਿਹੜਾ ਜੰਮਿਆ ਉਹਨੇ ਇੱਕ ਨਾ ਇੱਕ ਦਿਨ ਮਰਨਾ ਹੀ ਮਰਨਾ ਹੈ, ਇੱਕ ਨਾ ਇੱਕ ਦਿਨ ਉਹਨੇ ਮਰਨਾ ਹੀ ਮਰਨਾ। ਆਪਾਂ ਬਣਾਵਾਂਗੇ, ਨਾਮ ਜਪਣਾ ਬੁੱਢੇ ਹੋ ਗਏ, ਅੰਮ੍ਰਿਤ ਛਕਣਾ ਬੁੱਢੇ ਹੋ ਗਏ, ਵੀ ਅਜੇ ਤਾਂ ਸਾਰੀ ਸਾਡੀ ਜ਼ਿੰਦਗੀ ਬੜੀ ਪਈ ਹੈ, ਹੁਣ ਮਾਫ ਕਰਨਾ। ਸਾਧ ਸੰਗਤ, ਇੱਕ ਬੇਨਤੀ ਮੈਂ ਹਰ ਵੇਲੇ ਕਰਦਾ ਹੁੰਦਾ, ਵੇਖੋ ਜਿਹੜੀਆਂ ਦੁਨਿਆਵੀ ਲੈਣਾ ਨੇ ਨਾ, ਦੁਨਿਆਵੀ ਲੈਣਾ, ਮੰਨ ਲਓ ਇੱਕ ਬੰਦਾ ਬੈਂਕ ਗਿਆ, ਉੱਥੇ ਲੰਬੀ ਲਾਈਨ ਲੱਗੀ ਏ, ਜਿਹੜਾ 5ਵੇਂ ਨੰਬਰ ਤੇ ਖਲੋਤਾ ਉਹਨੂੰ ਪਤਾ ਵਾਰੀ 5ਵੇਂ ਨੰਬਰ ਤੇ ਆਉਣੀ, ਜਿਹੜਾ 10ਵੇਂ ਨੰਬਰ ਤੇ ਖਲੋਤਾ ਉਹਨੂੰ ਪਤਾ ਵਾਰੀ 10ਵੇਂ ਨੰਬਰ ਤੇ ਆਉਣੀ। ਜਦੋਂ ਆਪਾਂ ਬਿਜਲੀ ਘਰ ਜਾਂਦੇ ਆ ਨਾ, ਬਿਜਲੀ ਘਰ ਕਈ ਵਾਰੀ ਬਿੱਲ ਤਾਰਨ ਵਾਲਿਆਂ ਦੀ ਲਾਈਨ ਲੱਗੀ ਏ, ਜਿਹੜਾ 5ਵੇਂ ਨੰਬਰ ਤੇ ਖਲੋਤਾ ਉਹਨੂੰ ਪਤਾ ਵਾਰੀ 5ਵੇਂ ਨੰਬਰ ਤੇ ਆ, ਜਿਹੜਾ 10ਵੇਂ ਤੇ ਖਲੋਤੀ ਵਾਰੀ ਆ ਜਾਣੀ, ਕਦੋਂ ਕਿਹਦੀ ਵਾਰੀ ਆ ਜਾਣੀ। ਉਹ ਮੌਤ ਸਮਾਂ ਨਹੀਂ ਵੇਖਦੀ, ਉਹ ਮੌਤ ਬਚਪਨਾ ਨਹੀਂ ਵੇਖਦੀ, ਉਹ ਮੌਤ ਜਵਾਨੀ ਨਹੀਂ ਵੇਖਦੀ, ਉਹ ਮੌਤ ਜਦੋਂ ਮਰਜ਼ੀ ਆ ਸਕਦੀ, ਜਦੋਂ ਮਰਜ਼ੀ। ਮਹਾਰਾਜ ਦੇ ਕਹਿੰਦੇ, ਕਾਲ ਬਿਆਲ ਜਿਉ ਪਰੇ ਉਹ ਡੋਲੇ, ਮੁੱਖ ਪਸਾਰੇ ਮੀਤ। ਉਹ ਮੌਤ ਸੱਪ ਦੀ ਨਿਆਈ ਹੈ, ਸੱਪ ਦੀ, ਕੋਈ ਪਤਾ ਨਹੀਂ ਕਦੋਂ ਕਿਹੜੇ ਬੰਦੇ ਨੂੰ ਉਹਨੇ ਡੰਗ ਮਾਰ ਦੇਣਾ। ਜਿਹਦੇ ਜਿਹਦੇ ਸਵਾਸ ਖਤਮ ਹੋ ਗਏ, ਰੱਬ ਨੇ ਸਵਾਸ ਲੈ ਕੇ ਭੇਜੇ ਨੇ ਕਿਸੇ ਦੇ ਕਿੰਨੇ, ਕਿਸੇ ਦੇ ਕਿੰਨੇ ਮਰਨ ਲਿਖਾਏ ਮੰਡਲ, ਬੰਦਾ ਦੁਨੀਆਂ ਤੇ ਬਾਅਦ ਵਿੱਚ ਆਇਆ ਹੈ,
ਪਰ ਰੱਬ ਨੇ ਸਵਾਸ ਪਹਿਲਾਂ ਲਿਖੇ ਨੇ। ਜਦੋਂ ਨੌਕਰੀ ਮਿਲਦੀ ਹੈ ਨਾ, ਨੌਕਰੀ ਬੰਦੇ ਨੇ ਨੌਕਰੀ ਜੁਆਇਨ ਨਹੀਂ ਕੀਤੀ ਪਰ ਉਹਨੂੰ ਰਿਟਾਇਰਮੈਂਟ ਦਾ ਸਮਾਂ ਪਹਿਲਾਂ ਦੱਸ ਦਿੱਤਾ ਜਾਂਦਾ ਹੈ ਵੀ ਭਾਈ ਸਾਹਿਬ ਜੀ ਤੁਹਾਡੀ ਨੌਕਰੀ 58 ਸਾਲ ਹੈ। ਜਦੋਂ ਭਾਗਾਂ ਵਾਲੇ ਆਪਾਂ ਪਾਸਪੋਰਟ ਬਣਾਉਂਦੇ ਹਾਂ ਨਾ, ਪਾਸਪੋਰਟ ਅਜੇ ਸਾਡੇ ਹੱਥ 'ਚ ਨਹੀਂ ਆਇਆ ਪਰ ਉਹਦੇ ਉੱਤੇ ਪਹਿਲਾਂ ਹੀ ਉਹਦੀ ਵੈਲਿਊ ਡੇਟ ਇਨਵੈਲਿਡ ਡੇਟ ਲਿਖੀ ਹੁੰਦੀ ਹੈ ਵੀ ਤੁਹਾਡਾ ਪਾਸਪੋਰਟ ਇੰਨਾ ਚਿਰ ਵੈਲਿਡ ਹੈ, ਇਸ ਤੋਂ ਬਾਅਦ ਤੁਹਾਡੇ ਪਾਸਪੋਰਟ ਦੀ ਵੈਲਿਊ ਖਤਮ। ਇਸੇ ਤਰ੍ਹਾਂ ਰੱਬ ਨੇ ਸਾਨੂੰ ਬਾਅਦ ਵਿੱਚ ਭੇਜਿਆ ਹੈ ਪਰ ਸਾਡੀ ਮੌਤ ਦਾ ਦਿਨ ਮੌਤ ਦਾ ਸਮਾਂ ਸਾ ਰੱਬ ਨੇ ਪਹਿਲਾਂ ਨਿਯਤ ਕੀਤਾ ਹੈ। ਤੇ ਪਾਗਾਂ ਵਾਲੇ ਜਿੱਦਣ ਉਹ ਮੌਤ ਦਾ ਸਮਾਂ ਆ ਗਿਆ ਨਾ, ਜਿੱਦਣ ਮੌਤ ਸਾਨੂੰ ਕੋਈ ਨਹੀਂ ਬਚਾ ਸਕਦਾ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਤਿੰਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ। ਪਾਗਾਂ ਵਾਲਿਓ, ਪਿਤਾ ਦੇ ਸਾਹਮਣੇ, ਭੈਣ ਦੇ ਸਾਹਮਣੇ, ਪਤੀ ਦੇ ਸਾਹਮਣੇ, ਮਾਂ ਦੇ ਸਾਹਮਣੇ ਮੌਤ ਪੁੱਤ ਨੂੰ ਲੈ ਜਾਂਦੀ ਏ ਪਰ ਸੱਚ ਜਾਣਿਓ ਨਾ ਤੇ ਬਾਪ ਕੁਝ ਕਰ ਸਕਦਾ ਏ, ਨਾ ਮਾਤਾ ਕੁਝ ਕਰ ਸਕਦੀ ਏ, ਨਾ ਭੈਣ ਕੁਝ ਕਰ ਸਕਦੀ ਹੈ ਤੇ ਨਾ ਪਤਨੀ ਕੁਝ ਕਰ ਸਕਦੀ। ਬਸ ਗੱਲ ਇੱਥੇ ਮੁੱਕਦੀ ਏ। ਮੌਤ ਦਾ ਕੋਈ ਪਤਾ ਨਹੀਂ ਉਹਨੇ ਕਦੋਂ ਆ ਕੇ ਘੇਰਾ ਪਾ ਲੈਣਾ ਹੈ। ਇਹ ਮਨੁੱਖਾ ਜਨਮ ਰੱਬ ਦੀ ਭਗਤੀ, ਰੱਬ ਦੀ ਬੰਦਗੀ ਕਰਨ ਵਾਸਤੇ ਮਿਲਿਆ ਹੈ, ਚੰਗੇ ਕੰਮ ਕਰਨ ਵਾਸਤੇ ਮਿਲਿਆ ਹੈ। ਜੇ ਚੰਗੇ ਕੰਮ ਕਰਾਂਗੇ, ਇੱਕ ਬੇਨਤੀ ਕਰਾਂ, ਜੇ ਚੰਗੇ ਕੰਮ ਕਰਾਂਗੇ ਜੀਂਦੇ ਜੀ ਸੁਖੀ ਰਵਾਂਗੇ, ਮਰਨ ਤੋਂ ਬਾਅਦ ਵੀ ਗੁਰੂ ਨਾਨਕ ਦੇ ਘਰ 'ਚ ਜਗ੍ਹਾ ਮਿਲੇਗੀ। ਜੇ ਮਾੜੇ ਕੰਮ ਕਰਾਂਗੇ ਜੀਂਦੇ ਜੀ ਵੀ ਦੁੱਖ ਭੋਗਣੇ ਪੈਣਗੇ ਤੇ ਮਰਨ ਤੋਂ ਬਾਅਦ ਵੀ ਜਨਮ ਮਰਨ ਦੇ ਚੱਕਰ ਵਿੱਚ ਪੈਣਾ ਪਵੇਗਾ। ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ, ਦੱਦੈ ਦੋਸ਼ ਨਾ ਦੇਊਂ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਪਾਗਾਂ ਵਾਲਿਓ, ਫਰੀਦਾ ਲੋੜੈ ਦਾਕ ਬਿਜੁਰੀਆਂ, ਕਿੱਕਰ ਬੀਜੈ ਜੱਟ, ਹੰਨੇ ਹੰਡੇ ਉਨ ਕਤਾਇਦਾ ਪੈਂਦਾ ਲੋੜੇ ਬੱਟ। ਹੁਣ ਪਾਗਾਂ ਵਾਲਿਓ, ਬੀਜੇ ਤੇ ਸਾਰੀ ਜ਼ਿੰਦਗੀ, ਕਿੱਕਰ ਦੇ ਬੀਜ ਹੈ ਤੇ ਜੇ ਕਿੱਕਰ ਦੇ ਬੀਜ ਬੀਜ ਕੇ ਅਸੀਂ ਅੰਗੂਰ ਭਾਲਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੈਨੂੰ ਅੰਗੂਰ ਨਹੀਂ ਮਿਲਦੇ, ਕੀਤੇ ਤੇ ਸਾਰੀ ਜ਼ਿੰਦਗੀ ਮਾੜੇ। ਹੁਣ ਮਾੜੇ ਇਸ ਪਰਿਵਾਰ ਨੇ ਡੋਲਣਾ ਨਹੀਂ, ਬੇਨਤੀ ਹੈ ਮੇਰੀ ਇਸ ਪਰਿਵਾਰ ਨੂੰ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਇਹ ਪਰਿਵਾਰ ਬਾਣੀ ਪੜ੍ਹੇ ਦਿਨ ਰਾਤ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨਗੇ। ਸਾਧ ਸੰਗਤ, ਜਦੋਂ ਕੋਈ ਘਰ ਦੇ ਵਿੱਚ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਨਾ, ਤੇ ਕੁਝ ਸਿਆਣੇ ਹੁੰਦੇ ਨੇ, ਸਿਆਣੇ ਜਿਹੜੇ ਹਿਰਕ ਕਰਨ ਵਾਸਤੇ ਆਉਂਦੇ ਨੇ, ਉਹ ਹੌਂਸਲਾ ਦਿੰਦੇ ਨੇ ਹੌਂਸਲਾ, ਪਰ ਮਾਫ ਕਰਨਾ ਕੁਝ ਏਦਾਂ ਦੇ ਵੀ ਹੁੰਦੇ ਨੇ ਜਿਹੜੀ ਬਲ ਦੀ ਅੱਗ ਦੇ ਉੱਤੇ ਆ ਕੇ ਹੋਰ ਤੇਲ ਪਾਉਂਦੇ, ਹੋਰ ਤੇਲ ਪਰ ਮਾਫ ਕਰਨਾ। ਜਦੋਂ ਵੀ ਕਿਸੇ ਦੀ ਦੁੱਖ ਦੀ ਘੜੀ 'ਚ ਆਪਾਂ ਉਹਨਾਂ ਦੇ ਘਰ ਜਾਣਾ ਹੈ ਨਾ, ਉਹਨਾਂ ਨੂੰ ਇਹੋ ਹੀ ਕਹੋ, ਭਾਈ ਹੌਂਸਲਾ ਰੱਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਆਪਣਾ ਇਤਿਹਾਸ ਪੜ੍ਹੋ। ਵੇਖੋ ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਪੁੱਤ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ। ਉਹ ਭਾਈ ਸ਼ਹਿਬਾਜ ਸਿੰਘ ਕਿੱਦਾਂ ਉਹਨਾਂ ਨੂੰ ਚਰਖੜੀਆਂ ਤੇ ਚਾੜਿਆ ਗਿਆ ਪਿਓ ਪੁੱਤਰਾਂ ਨੂੰ, ਏਦਾਂ ਉਹਨਾਂ ਨੂੰ ਹੌਂਸਲਾ ਦਿਓ ਵੀ ਗੁਰਬਾਣੀ ਪੜ੍ਹੋ, ਗੁਰਬਾਣੀ ਨਾਲ ਜੁੜੋ, ਕੋਈ ਗੱਲ ਨਹੀਂ। ਪਾਗਾਂ ਵਾਲਿਓ, ਵੇਖੋ ਉਹ ਰੋਟੀ ਪਾਣੀ ਦੇਣ ਵਾਲਾ ਉਹ ਪਰਮਾਤਮਾ, ਉਹ ਰੱਬ ਨੂੰ ਫਿਕਰ ਹੈ। ਕੋਈ ਬੰਦਾ ਇਹ ਹੰਕਾਰ ਨਾ ਕਰੇ ਵੀ ਜੇ ਮੈਂ ਘਰ ਹੈਨੀ ਤੇ ਆਹ ਕੋਠੀਆਂ ਨਹੀਂ ਸੀ ਪੈਣੀਆਂ, ਜੇ ਮੈਂ ਘਰ ਹੈਨੀ ਤੇ ਮੇਰਾ ਟੱਬਰ ਭੁੱਖਾ ਮਰ ਜਾਣਾ, ਨਹੀਂ, ਇਹ ਗੱਲ ਭੁਲੇਖਾ ਕੱਢ ਦਿਓ। ਇੱਕ ਗੁਰੂ ਗੋਬਿੰਦ ਸਿੰਘ ਦੇ ਵੇਲੇ ਇੱਕ ਸਿੱਖ ਨੂੰ ਹੰਕਾਰ ਹੋ ਗਿਆ ਵੀ ਮੈਂ ਆਪਣਾ ਟੱਬਰ ਪਾਲਦਾ, ਜੇ ਮੈਂ ਨਾ ਆਵਾਂ ਤੇ ਮੇਰਾ ਟੱਬਰ ਭੁੱਖਾ ਮਰ ਜਾਵੇਗਾ। ਗੁਰੂ ਗੋਬਿੰਦ ਸਿੰਘ ਨੇ ਉਹਨੂੰ 1 ਸਾਲ ਵਾਸਤੇ ਦਾ ਪ੍ਰਚਾਰ ਕਰਨ ਵਾਸਤੇ ਉਹਨੂੰ ਬੜੀ ਦੂਰ ਭੇਜ ਦਿੱਤਾ। ਜਦੋਂ ਪ੍ਰਚਾਰ ਤੋਂ ਵਾਪਸ ਆਇਆ ਨਾ, ਉਹਨੇ ਮਨ ਦੇ ਅੰਦਰ ਸੋਚਿਆ ਵੀ ਮੈਨੂੰ ਤੇ 1 ਸਾਲ ਹੋ ਗਿਆ, ਮੇਰਾ ਤੇ ਟੱਬਰ ਪਿੱਛੇ ਤਹਿਸ ਨਹਿਸ ਹੋ ਗਿਆ ਹੋਣਾ, ਉਹ ਤੇ ਰਹੇ ਨਹੀਂ ਹੋਣੇ, ਉਹ ਤੇ ਭੁੱਖੇ ਮਰ ਗਏ ਹੋਣੇ। ਪਰ ਸੱਚ ਜਾਣਿਓ ਪਾਗਾਂ ਵਾਲਿਓ, ਉਹ ਟੱਬਰ ਜਦੋਂ ਉਹਨੇ ਵੇਖਿਆ
ਉਦੋਂ ਨਾਲੋਂ ਵੀ ਉਹ ਟੱਪਰ ਚੜ੍ਹਦੀ ਕਲਾ ਦੇ ਵਿੱਚ ਹੈ, ਚੜ੍ਹਦੀ ਕਲਾ ਦੇ ਵਿੱਚ। ਸੋ ਕਹਿਣ ਤੋਂ ਭਾਵ ਮੇਰੇ ਕਹਿਣ ਦੀ ਮੁਰਾਦ ਇਹ ਹੈ ਵੀ ਦਾਤਾਂ ਦੇਣ ਵਾਲਾ ਰੱਬ ਹੈ, ਦਾਤਾਂ ਗੁਰੂ ਗ੍ਰੰਥ ਸਾਹਿਬ ਨੇ ਦੇਣੀ ਰੋਟੀ ਪਾਣੀ ਸਾਡਾ। ਇਨਸਾਨ ਨੂੰ ਕੀ ਕਰਨਾ ਚਾਹੀਦਾ? ਮੌਤ ਤੋਂ ਬਾਅਦ ਆਪਣੇ ਕੋਲ ਕੀ ਆਸਰਾ ਰਹਿ ਜਾਂਦਾ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਲੜਨ ਲੱਗੀਏ ਤੇ ਦੁੱਖ ਕੱਢ ਜਾਂਦਾ। ਪਰ ਮੇਰੇ ਸਤਿਕਾਰਯੋਗ ਵੀਰੋ, ਆਪਾਂ ਕਹਿੰਦੇ ਹਾਂ ਭਾਣਾ ਮਨਾ, ਇਸ ਪਰਿਵਾਰ ਦੇ ਉੱਤੇ ਜਿੱਡਾ ਵੱਡਾ ਮੁਸੀਬਤ ਦਾ ਭਾਰ ਡਿੱਗਾ, ਬਹੁਤ ਛੋਟੀ ਉਮਰ ਦੇ ਵਿੱਚ ਸਾਡਾ ਵੀਰ ਕੇਵਲ ਸਿੰਘ ਜਿਹੜਾ ਹੈਗਾ ਵਿਛੋੜਾ ਦੇ ਗਿਆ, ਅਤੇ ਸਾਡੀ ਉਹ ਭੈਣ ਬੜੇ ਔਖੇ ਦਿਨ ਨੇ ਕੱਢੇ, ਇਸ ਬੱਚੇ ਨੂੰ ਪਾਲਿਆ, ਪਾਲ ਪੋਛ ਕੇ ਮਹਿਕਮੇ ਦੇ ਵਿੱਚ ਪੁਲਿਸ ਮਹਿਕਮੇ ਦੇ ਵਿੱਚ ਭਰਤੀ ਕਰਾਇਆ। ਔਰ ਅੱਜ ਉਹੀ ਦਿਨ ਫਿਰ ਯਾਦ ਆ ਗਏ ਕਿ ਇੰਨੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ 3 ਸਾਲ ਦੇ ਬੇਟੇ ਨੂੰ ਛੱਡ ਕੇ ਸਰਦਾਰ ਕੁਲਦੀਪ ਸਿੰਘ ਜਿਹੜਾ ਉਹ ਇਸ ਸੰਸਾਰ ਤੋਂ ਚਲੇ ਗਿਆ। ਅੱਜ ਦੋਵਾਂ ਪਰਿਵਾਰਾਂ ਵਾਸਤੇ ਵੀ ਬੜਾ ਵੱਡਾ ਦੁੱਖ ਦਾ ਪਹਾੜ ਡਿੱਗਾ, ਕਿਉਂਕਿ ਜਿੱਥੇ ਦਲਜੀਤ ਕੌਰ ਜਿਹੜੀ ਹੈ ਸਾਡੀ ਭੈਣ, ਉਹਨੇ ਆਪਣੇ ਪਤੀ ਨੂੰ ਆਪਣੇ ਬੇਟੇ ਨੂੰ ਖੋਇਆ, ਉੱਥੇ ਕੁਲਦੀਪ ਸਿੰਘ ਦਾ ਸਹੁਰਾ ਪਰਿਵਾਰ ਦੇਖੋ 4 ਸਾਲ ਉਹਦੀ ਮੈਰਿਜ ਨੂੰ ਹੋਏ ਆ, ਅੱਜ ਦੇ ਦਿਨ ਅਸੀਂ ਉਹਦੀ ਬਰਾਤ ਦੇ ਵਿੱਚ ਸ਼ਾਮਿਲ ਸੀਗੇ ਅਤੇ ਅੱਜ ਉਹਨੂੰ ਅਸੀਂ ਸ਼ਰਧਾਂਜਲੀ ਦੇਣ ਦੇ ਹਾਂ। ਬੜਾ ਵੱਡਾ ਦੁੱਖ ਪਰਿਵਾਰ ਦੇ ਉੱਤੇ, ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਕਿ ਜਿਹਨਾਂ ਦਾ ਇੱਕੋ ਇੱਕ ਹੀ ਨੌਜਵਾਨ ਬੱਚਾ ਹੋਵੇ, ਜਿਹਦੇ ਸਿਰ 'ਤੇ ਮਾਂ ਜਿਹੜੀ ਆ ਉਹ ਦਿਨ ਕੱਢਣ ਡਈ ਸੀਗੀ, ਪਰ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹੀ ਹੋਣਾ। ਇਹ ਪਰਿਵਾਰ ਸ਼ਾਹ ਪਰਿਵਾਰ ਸਾਡੇ ਪਿੰਡ ਦਾ ਬਹੁਤ ਸਤਿਕਾਰਯੋਗ ਪਰਿਵਾਰ ਆ, ਬੜਾ ਵੱਡਾ ਪਰਿਵਾਰ ਆ, ਬੜਾ ਥਪਾਕ ਇਸ ਪਰਿਵਾਰ ਦਾ। ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਿਹੜਾ ਇੱਡਾ ਬੜਾ ਦੁੱਖ ਆਇਆ, ਇਹ ਦੁੱਖ ਜਿਹੜਾ ਵਾ ਇਹਨੂੰ ਜੇ ਆਪਾਂ ਕਹੀਏ ਵੀ ਖਤਮ ਕਰ ਦਈਏ ਉਹ ਤਾਂ ਨਹੀਂ ਹੋ ਸਕਦਾ, ਪਰ ਸਮੁੱਚਾ ਪਰਿਵਾਰ ਸਮੁੱਚੇ ਰਿਸ਼ਤੇਦਾਰ ਉਹਨਾਂ ਦੀ ਡਿਊਟੀ ਬਣ ਜਾਂਦੀ ਆ ਇਸ ਦੁੱਖ ਨੂੰ ਘੱਟ ਕਰਨ ਵਾਸਤੇ ਆਪਾਂ ਜੋ ਯੋਗਦਾਨ ਪਾ ਸਕਦੇ ਹਾਂ ਉਹ ਆਪਾਂ ਪਾ ਕੇ ਇਸ ਪਰਿਵਾਰ ਨੂੰ ਜਿਹੜਾ ਉਹ ਵਸਤਾ ਰੱਖੀਏ। ਕਿਉਂਕਿ ਜਦੋਂ ਪਰਿਵਾਰ ਦੇ ਵਿੱਚੋਂ ਇਕਲੌਤਾ ਵੀਰ ਸਾਡਾ ਨੌਜਵਾਨ ਤੁਰ ਗਿਆ, ਉਸ ਵੇਲੇ ਅੱਗੇ ਕੁਛ ਦਿਸਦਾ ਨਹੀਂ ਵੀ ਕੀ ਹੋਣਾ, ਕੀ ਬਣਨਾ ਅਤੇ ਕੀ ਕਰਨਾ, ਕਿਉਂਕਿ ਉਸ ਛੋਟੇ ਬੱਚੇ ਨੂੰ ਉਹਦਾ ਪਾਲਣ ਪੋਸ਼ਣ ਕਰਨਾ, ਉਹਨੂੰ ਚੰਗੀ ਐਜੂਕੇਸ਼ਨ ਦੇਣੀ, ਉਹ ਸਾਡੀ ਧੀ ਜਿਹੜੀ ਆ ਬਹੁਤ ਛੋਟੀ ਉਮਰ ਦੇ ਵਿੱਚ ਜਿਹਨੇ ਆਪਣੇ ਪਤੀ ਨੂੰ ਖੋਇਆ ਉਹਦਾ ਵੀ ਸੋਚਣਾ, ਇਹ ਸਾਡਾ ਪਰਿਵਾਰ ਰਿਸ਼ਤੇਦਾਰਾਂ ਅਤੇ ਭੈਣ ਭਰਾਵਾਂ ਦਾ ਜਿਹੜਾ ਉਹ ਫਰਜ਼ ਬਣਦਾ ਇਸ ਘਰ ਨੂੰ ਕਿਸ ਤਰ੍ਹਾਂ ਮੁੜ ਦੁਬਾਰਾ ਉਹ ਵਸੇਬੇ 'ਤੇ ਲਿਆਂਦਾ ਜਾਵੇ। ਸਾਡੇ ਪਿੰਡ ਦੇ ਵਿੱਚ ਅੱਜ 2 ਮੌਤਾਂ ਹੋਰ ਹੋ ਗਈਆਂ, ਕਿਉਂਕਿ ਸੰਗਤ ਸਾਰੀ ਨੇ ਉਹਨਾਂ ਸੰਸਕਾਰਾਂ ਦੇ ਵਿੱਚ ਵੀ ਸ਼ਾਮਿਲ ਹੋਣਾ, ਹੋਰ ਵੀ ਸਾਡੇ ਪਿੰਡ ਦੇ ਵੀਰ ਮੇਰੇ ਬੁਲਾਰੇ ਨੇ ਜਿਹੜੇ ਬੋਲਣਾ ਚਾਹੁੰਦੇ ਸੀਗੇ, ਪਰ ਪਰਿਵਾਰ ਵੱਲੋਂ ਇਹ ਹੁਕਮ ਹੋਇਆ ਕਿ ਸੰਗਤ ਦਾ ਧੰਨਵਾਦ ਕਰਨਾ ਸਿਰਫ, ਕਿਉਂਕਿ ਪਰਿਵਾਰ ਜਿਹੜੇ ਰਿਸ਼ਤੇਦਾਰ ਆਏ ਨੇ ਜਾਂ ਸਾਡੇ ਨਗਰ ਦੇ ਨੇ ਉਹਨਾਂ ਸਾਰਿਆਂ ਨੇ ਉੱਧਰ ਜਾਣਾ। ਮੈਂ ਆਪਣੀ ਭੈਣ ਦਲਜੀਤ ਕੌਰ ਨੂੰ ਇਹ ਬੇਨਤੀ ਕਰੂੰਗਾ ਕਿ ਮੇਰੀ ਛੋਟੀ ਭੈਣ, ਤੇਰੀ ਧੀ, ਤੇਰਾ ਪੋਤਰਾ, ਉਹਨਾਂ ਨੂੰ ਗਲ ਦੇ ਨਾਲ ਲਾ ਕੇ ਤੂੰ ਕਿਸੇ ਤਰ੍ਹਾਂ ਇਸ ਦੁੱਖ ਦੀ ਘੜੀ ਦੇ ਵਿੱਚੋਂ ਗੁਰੂ ਮਹਾਰਾਜ ਦੇ ਲੜ ਲੱਗ ਕੇ ਬਾਹਰ ਨਿਕਲ, ਅਤੇ ਉਹ ਆਪਣੇ ਪੋਤਰੇ ਦੇ ਵਿੱਚੋਂ ਕੁਲਦੀਪ ਸਿੰਘ ਨੂੰ ਦੁਬਾਰਾ ਤਿਆਰ ਕਰ,
ਕਿਉਂਕਿ ਹੋਰ ਕੋਈ ਹੁਣ ਚਾਰਾ ਨਹੀਂ ਗਾ, ਕਿਉਂਕਿ ਰੱਬ ਨਾਲ ਆਪਾਂ ਲੜ ਨਹੀਂ ਸਕਦੇ, ਕਿਉਂਕਿ ਜੋ ਕੁਦਰਤ ਕਰਦੀ ਆ ਉਹ ਆਪਣੇ ਹਿਸਾਬ ਨਾਲ ਚੱਲਦੀ ਆ। ਆਪਾਂ ਤਾਂ ਸਿਰਫ ਇੱਕ ਅਲਾਮਾ ਦੇ ਸਕਦੇ ਹਾਂ ਰੱਬ ਨੂੰ ਕਿ ਜਿਨ੍ਹਾਂ ਨੂੰ ਛਾਤੀ ਨਾਲ ਲਾ ਕੇ ਕਲੇਜੇ ਠਰਦੇ ਨੇ ਉਹ ਰੱਬਾ ਮਾਪਿਆਂ ਦੇ ਜੀਦਾ ਪੁੱਤ ਕਿਉਂ ਮਰਦੇ ਨੇ। ਆਪਾਂ ਤਾਂ ਇਹੀ ਰੱਬ ਨੂੰ ਮਿਹਣਾ ਦੇ ਸਕਦੇ ਹਾਂ। ਇਹਦੀਆਂ ਹੀ ਬੇਨਤੀਆਂ ਦੇ ਨਾਲ ਸਮੁੱਚੀ ਆਈ ਦਰਸ਼ਕ ਦਾ ਧੰਨਵਾਦ, ਕਿਉਂਕਿ ਉਹ ਲਫ਼ਜ਼ ਦਿਲ ਨਹੀਂ ਕਰਦਾ ਹੁਣ, ਕਿਉਂਕਿ ਮਨ ਭਰਦਾ ਅਸੀਂ ਕੁਝ ਕਹਿ ਨਹੀਂ ਸਕਦੇ। ਸਮੁੱਚੀ ਸੰਗਤ ਦਾ, ਰਿਸ਼ਤੇਦਾਰਾਂ ਦਾ, ਭੈਣ ਭਰਾਵਾਂ ਦਾ ਧੰਨਵਾਦ। ਅੱਜ 10 ਦਿਨ ਹੋ ਗਏ ਸਾਡੇ ਵੀਰ ਨੂੰ ਵਿਛੜਿਆਂ ਨੂੰ। 10 ਦਿਨ ਦੇ ਵਿੱਚ ਸਾਡੇ ਇਲਾਕੇ ਤੋਂ ਕੋਈ ਮੁਤਬਰ ਮੇਰਾ ਵੀਰ, ਕੋਈ ਸਾਰਾ ਰਿਸ਼ਤੇਦਾਰ ਇਹੋ ਜਿਹਾ ਨਹੀਂ ਰਿਹਾ, ਕਿਉਂਕਿ ਹਰ ਵੇਲੇ 10-15-20 ਬੰਦੇ ਜਿਹੜੇ ਆ ਉਹ ਪਰਿਵਾਰ ਦੇ ਵਿੱਚ ਜਿਹੜਾ ਹੌਂਸਲਾ ਦੇਣ ਵਾਸਤੇ ਆਉਂਦੇ ਸੀਗੇ। ਅਸੀਂ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਪਰਿਵਾਰ ਦੇ ਨਾਲ ਇਸ ਤਰ੍ਹਾਂ ਸਹਿਯੋਗ ਕਰਕੇ ਇਸ ਪਰਿਵਾਰ ਨੂੰ ਜਿਹੜਾ ਮੁੜ ਪੈਰਾਂ ਸਿਰ ਜਿਹੜਾ ਉਹ ਖੜ੍ਹਾ ਕਰਨ ਦੇ ਵਿੱਚ ਸਾਡਾ ਯੋਗਦਾਨ ਪਾਓਗੇ। ਸਮੁੱਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਵਾਹਿਗੁਰੂ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਕੋਈ ਨਹੀਂ।